ਦੱਸੋ ਕੀ ਹਾਲ ਹੈ? ਮੈਂ ਤਾਂ ਠੀਕ, ਉਸ ਤੁਹਾਡੀ ਦੁਆਵਾਂ ਨਾਲ ਮੈਂ ਠੀਕ ਹਾਂ ਅਲਹਮਦੁਲਿਲਾ ਜੀ। ਮੇਰੇ ਦਿਲ ਦੇ ਟੋਟੇ ਟਰੈਕਟਰ 260 ਆਪਣੇ ਕੋਲ ਜਿਹੜਾ ਹੈਗਾ ਵਾ, ਉਹਦੇ ਟਰੈਕਟਰ ਦੀ ਨਾ ਆਵਾਜ਼ ਚੇਂਜ ਹੋ ਗਈ ਹੈ, ਸ਼ੁਕ ਸ਼ੁਕ ਕਰਨ ਲੱਗ ਗਈ ਹੈ, ਮਤਲਬ ਜਿੱਦਾਂ ਨਵਜ਼ਲ ਫਸਦੀ ਹੈ, ਸੈੱਟ ਹੋ ਜਾਂਦਾ ਹੈ ਔਰ ਕਰਨ ਲੱਗ ਜਾਂਦਾ ਆਵਾਜ਼, ਕਦੀ ਛੱਡ ਜਾਂਦਾ ਕਦੀ ਫਿਰ ਕਰਨ ਲੱਗ ਜਾਂਦਾ। ਉਹ ਹੁਣ ਡਰਾਈਵਰ ਨੇ ਚੈੱਕ ਕਰਵਾਇਆ, ਇਮਤਿਆਜ਼ ਨੇ ਉੱਥੇ ਵਰਕਸ਼ਾਪ ਵਿੱਚ, ਅਤੇ ਮਿਸਤਰੀ ਕਹਿੰਦਾ ਜੀ ਇਹਦੀ ਹੈਡ ਦੀ ਸੀਟ ਲੀਕ ਹੋ ਗਈ। ਹੁਣ ਆਪ ਮੈਂ ਚੱਲਾਂ ਵਾਂ ਉੱਧਰ ਟਰੈਕਟਰ, ਤੁਹਾਨੂੰ ਉਹਦੀ ਚੱਲ ਕੇ ਸੂਰਤ ਹਾਲ ਚੈੱਕ ਕਰਵਾਉਂਦੇ ਹਾਂ, ਬਾਕੀ ਚੈੱਕ ਕਰਵਾਉਂਦੇ ਹਾਂ। ਪਹਿਲੇ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਇਹਦੀ ਆਪਾਂ ਨਵਜ਼ਲਾਂ ਚੈੱਕ ਕਰਾਈਏ, ਉਸ ਤੋਂ ਬਾਅਦ ਇਹਦਾ ਫਿਰ ਜੇ ਨਵਜ਼ਲਾਂ ਸਹੀ ਹੈ ਤਾਂ ਫਿਰ ਹੈਡ ਦਾ ਚੈਕਿੰਗ ਕਰਾਵਾਂਗੇ। ਤਾਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਦੇਈਓ ਵੀ ਕਿਹੜੀ ਚੀਜ਼ 'ਤੇ ਮਸਲਾ ਹੋ ਸਕਦਾ। ਅਤੇ ਚੱਲੇ ਹਾਂ ਸ਼ਹਿਰ, ਤੁਹਾਨੂੰ ਚੈੱਕ ਕਰਾਉਂਦੇ ਹਾਂ। ਵੀਡੀਓ ਐਂਡ ਤੱਕ ਵੇਖ ਕੇ ਇਨਸ਼ਾਅੱਲਾ ਮਜ਼ਾ ਆਇਆ, ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦੇਵੇ ਤਾਂ ਕਿ ਆਉਣ ਵਾਲੀ ਨਈਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਮਾਸ਼ਾਅੱਲਾ ਤੁਸਾਂ ਵੀਰਾਂ ਦੀ ਬੜੀ ਸਪੋਰਟ ਹੈ ਮੇਰੇ ਨਾਲ, ਅਤੇ ਇਵੇਂ ਸਪੋਰਟ ਦੇ ਨਾਲ ਜੁੜੇ ਰਹੇ, ਇਨਸ਼ਾਅੱਲਾ ਮਜ਼ਾ ਆਏਗਾ।